ਫਾਈਨਲੀ ਗਏ ਆਪਾਂ ਆਡੀਟੋਰੀਅਮ ਦੇ ਬਾਹਰ ਖਲੋਤੇ ਵੇਟ ਕਰਦੇ ਵੀ ਆਡੀਟੋਰੀਅਮ ਖੁੱਲੇ ਤੇ ਆਪਾਂ ਅੰਦਰ ਜਾਈਏ ਤੇ ਗੁਰਨਾਮ ਭੁੱਲਰ ਨੂੰ ਵੇਖੀਏ ਤਾਣੀਆਂ ਆ ਰਹੀ ਨਾਲ ਕਿੱਡੇ ਖੁਸ਼ ਹੋਏ ਅੱਜ ਸਾਰੇ ਵੇ ਬਹੁਤ ਖੁਸ਼ੀ ਇਹਨਾਂ ਨੂੰ ਬਹੁਤ ਖੁਸ਼ੀ ਹੈ ਆਹ ਵੇਟ ਕਰਦੇ ਪਏ ਗੁਰਨਾਮ ਭੁੱਲਰ ਦਾ ਕਿੰਨਾ ਰਸ਼ ਇਕੱਠਾ ਹੋ ਚੁੱਕਾ ਹੈਗਾ ਆਇਓ ਆਇਓ ਸੀਟਾਂ ਫੁੱਲ ਹੋ ਗਈਆਂ ਆਇਓ ਆਇਓ ਕਿੰਨੀ ਗਾਲੀ ਪਈ ਇਹਨਾਂ ਨੂੰ ਬਾਬਾ ਜੀ ਬੜੇ ਖੁਸ਼ ਹੈਗੇ ਹੈ ਸੀਟਾਂ ਲੈ ਜਾ ਕੇ ਆਪਣੇ ਤੇ ਖੁਸ਼ੀ ਵੇਖੋ ਚੁੱਕੇ ਨੇ ਸਰਮੀਤ ਭਾਜੀ ਆਏ ਪਹਿਲੀ ਵਾਰੀ ਹਾਂ ਸਹੀ ਗੱਲ ਹੈ ਸਾਡੇ ਕਾਲਜ ਦੀ ਰੌਣਕ ਆ ਪਹਿਲੀ ਵਾਰੀ ਕੁਛ ਹੋ ਰਿਹਾ ਇੱਦਾਂ ਦਾ ਨਾ ਤਿੰਨ ਸਾਲਾਂ ਪਹਿਲੀ ਵਾਰੀ ਕੁਛ ਹੋ ਲੱਗਾ ਜਿੰਨੀ ਕੱਪ ਪੈ ਰਹੀ ਮੈਨੂੰ ਲੱਗਦਾ ਆਵਾਜ਼ ਹੀ ਨੀ ਆਉਣੀ ਰਾਘਵ ਵੀ ਖਲੋਤਾ ਹੈ ਉੱਥੇ ਫਾਰਮ ਭਰਨ ਡਿਆ ਫੀਸ ਦੇ ਨਹੀਂ ਲੀਵ ਦੇ ਲੀਵ ਦੇ ਹਾਂਜੀ ਤੇ ਗਾਈਸ ਨਵਾਂ ਰੂਲ ਆ ਗਿਆ ਆਈਡੀ ਕਾਰਡ ਦੇ ਨਾਲ ਹੀ ਅੰਦਰ ਜਾ ਸਕਦੇ ਆ ਜਿਹਨਾਂ ਕੋਲ ਆਈਡੀ ਕਾਰਡ ਹੈਗਾ ਉਹ ਮਜ਼ਾਕ ਨਹੀਂ ਬਲੌਗ ਚੱਲਦਾ ਪਿਆ ਆਈਡੀ ਕਾਰਡ ਦੇ ਨਾਲ ਹੀ ਆਪਾਂ ਅੰਦਰ ਜਾ ਸਕਦੇ ਵਿਦਆਊਟ ਆਈਡੀ ਕਾਰਡ ਅੰਦਰ ਅਲਾਊਡ ਨਹੀਂ ਹੈਗਾ ਬਾਊਂਸਰ ਖਲੋ ਚੁੱਕੇ ਨੇ ਬਸ ਥੋੜੀ ਦੇਰ ਚ ਐਂਟਰੀ ਸ਼ੁਰੂ ਹੋਈ ਨਹੀਂ ਤੁਹਾਨੂੰ ਮਿਲਾਨੇ ਆ ਗੁਰਨਾਮ ਭੁੱਲਰ ਨਾਲ ਬਾਹਰਲੇ ਬੰਦੇ ਵੀ ਅਲਾਊਡ ਰਸ਼ ਓਵਰਲੋਡ ਹੋਣ ਦੇ ਵਜ੍ਹਾ ਨਾਲ ਸਾਨੂੰ ਬਾਹਰ ਕੱਢ ਦਿੱਤਾ ਗਿਆ ਕਹਿੰਦੇ ਘੰਟੇ ਦੋ ਘੰਟੇ ਤੱਕ ਨਾਲ ਬੱਚੇ ਉਦਾਸ ਹੋ ਗਏ ਰਾਹ ਪਾਗਲ ਸ਼ਾਇਰ ਰਾਘਵ ਉਦਾਸ ਹੋ ਗਿਆ ਰਾਘਵ ਉਦਾਸ ਹੋ ਚੁੱਕਾ ਬਿਲਕੁਲ ਨੀ ਉਦਾਸ ਹੋਇਆ ਮਿਲਣਾ ਗੁਰਨਾਮ ਭੁੱਲਰ ਮਿਲਣਾ ਹੈਗਾ ਗਾਈ ਸਾਡੇ ਨਾਲ ਮਾੜੀ ਹੋ ਚੁੱਕੀ ਹੈ ਕਹਿੰਦੇ ਵੀ ਗੁਰਨਾਮ ਭੁੱਲਰ ਨਹੀਂ ਆਉਣਾ ਉਹਨੇ ਮਤਲਬ ਰਸ਼ ਇੰਨਾ ਜ਼ਿਆਦਾ ਹੋ ਗਿਆ ਨਾ ਮੈਂ ਤੁਹਾਨੂੰ ਹੁਣ ਇੱਕ ਰਾਊਟ ਵਿਖਾਉਣਾ ਰਸ਼ ਬਹੁਤ ਜ਼ਿਆਦਾ ਹੋ ਗਿਆ ਜਿਹਦੇ ਫਾਈਨਲੀ ਗਾਈਸ ਆਪਾਂ ਅੰਦਰ ਆ ਚੁੱਕੇ ਹਾਂ ਆਈਡੀ ਕਾਰਡ ਦੇ ਨਾਲ ਐਂਟਰੀ ਹੋ ਗਈ ਸਾਡੀ ਸਾਡੇ ਯਾਰ ਨਹੀਂ ਆਏ ਬਾਕੀ ਵੇਖਦੇ ਹਾਂ ਪ੍ਰੋਗਰਾਮ ਸ਼ੁਰੂ ਹੋਇਆ ਸਾਡਾ ਆਡੀਟੋਰੀਅਮ ਆ ਵੇਖਦੇ ਪ੍ਰੋਗਰਾਮ ਕਦੋਂ ਸ਼ੁਰੂ ਹੁੰਦਾ ਬਸ ਇੰਤਜ਼ਾਰ ਹੋ ਰਿਹਾ ਗੁਰਨਾਮ ਭੁੱਲਰ ਦਾ ਬਸ ਸਰ ਪ੍ਰਿੰਸੀਪਲ ਮੈਡਮ ਕੋ ਮਤਲਬ ਸਰ ਕੋ ਆ ਚੁੱਕੇ ਨੇ ਗੈਸਟ ਜਿਹੜੇ ਵੀ ਗਏ ਗੁਰਨਾਮ ਭੁੱਲਰ ਤੇ ਤਾਨੀਆਂ ਆ ਰਹੇ ਆ ਵੇਖਦੇ ਹਾਂ ਕਿੰਨੀ ਦੇਰ ਬਾਅਦ ਹੁਣ ਸਟੇਜ ਤੇ ਆਉਂਦੇ ਆ ਮਤਲਬ ਪੂਰਾ ਸਟੇਡੀਅਮ ਭਰ ਚੁੱਕਾ ਮਤਲਬ ਆਡੀਟੋਰੀਅਮ ਸਾਡਾ ਭਰ ਚੁੱਕਾ ਬੰਨੇ ਨੂੰ ਇਸੇ ਤਰ੍ਹਾਂ ਇਹ ਵੀਡੀਓ ਵਧੀਆ ਲੱਗੇ ਲਾਈਕ ਮੈਂਟ ਸ਼ੇਅਰ ਜ਼ਰੂਰ ਕਰਨਾ ਜ਼ਮੀਂ ਤੇ ਰਹਿੰਦਾ ਸੀ ਹਵਾ ਵਿੱਚ ਉੜ ਗਿਆ ਜ਼ਮੀਂ ਤੇ ਰਹਿੰਦਾ ਸੀ ਹਵਾ ਵਿੱਚ ਉੜ ਗਿਆ ਉਹ ਤੇਰਾ ਚਿਹਰਾ ਜਦ ਮੇਰੇ ਵੱਲ ਮੁੜ ਗਿਆ ਜ਼ਮੀਂ ਤੇ ਰਹਿੰਦਾ ਸੀ ਹਵਾ ਵਿੱਚ ਉੜ ਗਿਆ ਉਹ ਤੇਰਾ ਚਿਹਰਾ ਜਦ ਮੇਰੇ ਵੱਲ ਮੁੜ ਗਿਆ ਮੈਂ ਪਾਗਲ ਬਣਨੇ ਦੀ ਹਾਂ ਦਹਿਲੀਜ਼ ਤੇ ਉਹ ਤੇਰੇ ਹੱਥ ਲੱਗ ਗਏ ਮੇਰੀ ਕਮੀਜ਼ ਤੇ ਸਮੁੰਦਰ ਕੋਲੇ ਵੀ ਪਾਣੀ ਜ਼ਮੀਂ ਤੇ ਰਹਿੰਦਾ ਸੀ ਹਵਾ ਵਿੱਚ ਉੜ ਗਿਆ ਜ਼ਮੀਂ ਤੇ ਰਹਿੰਦਾ ਸੀ ਤੇਰਾ ਚਿਹਰਾ ਜਦ ਮੇਰੇ ਵੱਲ ਮੁੜ ਗਿਆ
ਜੀ ਵਧੀਆ ਜੀ ਆਵਰੀਆ ਟਿਕਟਾਂ 1 ਅਪ੍ਰੈਲ ਨੂੰ ਪੱਕੀਆਂ ਸਮਝਾ ਮੈਂ ਹਾਂ ਜੀ ਦੇਖ ਲਓ ਮੁਗਰਾ ਵਾ ਪੱਕੀ ਅੱਛਾ ਮੈਨੂੰ ਇੱਕ ਛੋਟੇ ਜਿਹੇ ਕੁਐਸਚਨ ਆਨਸਰ ਦਿਓ ਵੀ ਸਕੂਲ ਦੇ ਵਿੱਚ ਪਿਆਰ ਕਿਹਨੂੰ ਕਿਹਨੂੰ ਹੋਇਆ ਬਸ ਇਹ ਤੁਹਾਡੀ ਫਿਲਮ ਹੈ और इस कॉन्सेप्ट से पहला कभी फिल्म आई नहीं तो बहुत सारा नवा सिनेमा नवीं चीजें नवा म्यूजिक नवा कोरियोग्राफी नवी फोटोग्राफी सब कुछ नवा तुम्हें देखने को मिलेगा व्हाइट हिल स्टूडियोज जगदीप सिद्धू मनवीर बराड़ जानी डीप एक ते मैं तानिया असं सारे ने 2 साल ला के फिल्म को बनाया सो तुम थोड़े प्यार की लड़ है सो मेरे बेलिया तेरे ते मर्द अच्छा मैं कहना असी तेन प्यार नहीं करते तुसी कहना मोहब्बत करते हैं ठीक है हे असी तेन प्यार नहीं करते तेनू प्यार नहीं कर दे मोहब्बत कर दे तो थैंक यू गलियां दे विच हमर चूक दी ਸਿਆਲ ਦੀ ਡੇਟ ਮੈਰਿਜ ਦੀ ਸਿਰਫ ਬੁਲਾ ਤੂੰ ਹਾਰੇ ਕਰਦੇ ਸਾਰੇ ਸ਼ੌਕ ਬੁਲਾ ਲਾਂਗੇ ਤੇ ਬੁੱਕ ਨੂੰ ਕੜਾ ਸਿਰ ਨਾਲ ਮੀਏ ਲਾਈ ਮੈਂ ਮੇਰੇ ਪਾਲਾਂਗੇ ਬੁੱਕ ਨੂੰ ਕੜਾ ਸਰਦਾਰ ਮੀਏ गुड्डियां पटोले मैं जचदी असी गल्लां करदे नहीं घूमदी आ गेंद भी कबोलते थैंक यू इस तरह इस फिल्म को भी प्यार दो बहुत सारा प्यार सत्कार थैंक यू सारी मैं मजनू मैं रांझा मैं सब कुछ तेरा तू जन्नत बखाएंगी रब ना मिलाएंगी दिल मैनू कहंदा मेरा मैं सजदे करांगा इरादा नहीं सी रब ते यकीन मैनू ज्यादा नहीं सी तेरे नाल जुड़िया मैं रब नाल जुड़ गया ओ तेरा चेहरा जद मेरे वल मुड़ गया हाँ जी तो गाइस ए गा ही अज्ज दा व्लॉग अनएक्सपैक्टेड व्लॉग सी सानू खुद नहीं सी पता है कि तानिया ने गुरु नाम भुल्लर ने साडे कोले जाना तानू वधिया लगा हैगा वेख के सारे यार दोस्त बाहर खलोते आ रुस गए बाकी जे फोटो बाकी जे व्लॉग वधिया लगे लाइक कमेंट शेयर जरूर करना इदा का ब्लॉग हूँ शायद ही आए कभी क्योंकि अभी अनएक्सपैक्टेड है ही अज आ गया सू आप नहीं पता साढ़े को गुरु नाम भुल्लर आ रहा बने रहो इसी तरह मेरे चैनल सबसक्राइब कर लो जे नवे है चंगा गुड बाय चलो।